Alberta Weekly sponsored by Lexus South Point and Wild Rose Garments and Silk Screening, Edmonton. ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਾਕਿਸਤਾਨ ਐਸੋਸੀਏਸ਼ਨ ਆਫ ਐਡਮਿੰਟਨ ਦੇ ਜਿਹੜਾ ਹਾਲ ਆ ਜੀ ਉਹਨਾਂ ਦਾ, ਉੱਥੇ ਪਹੁੰਚੇ ਹਾਂ। ਉਹਦਾ ਕਾਰਨ ਹੈ ਕਿ ਉਹ ਅੱਜ ਜੋਮੇ ਆਜ਼ਾਦੀ ਜਿਹੜਾ ਉਹ ਮਨਾ ਰਹੇ ਨੇ। ਦਰਅਸਲ ਤਾਂ ਤੁਹਾਨੂੰ ਪਤਾ ਵੀ 14 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਅਤੇ 77 ਵਰੇ ਇਹਨਾਂ ਨੂੰ ਵੀ ਹੋ ਗਏ ਅਤੇ 77 ਵਰੇ ਭਾਰਤ ਵਰਸ਼ ਨੂੰ ਵੀ ਹੋ ਚੁੱਕੇ ਨੇ। ਸੋ ਅੱਜ ਅਸੀਂ ਇੱਥੇ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਵਿਅਕਤੀ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ 77 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਦੇਸ਼ਾਂ ਨੇ ਕੀ ਤਰੱਕੀਆਂ ਕੀਤੀਆਂ ਨੇ, ਕੀ ਕੁਝ ਹਾਸਲ ਕੀਤਾ ਅਤੇ ਕੀ ਕੁਝ ਕਰਨ ਨੂੰ ਰਹਿੰਦਾ ਆ। ਜਿੱਦਾਂ ਕਿ ਲੋਕ ਹੁਣ ਦੇਖੋ, ਆਪਾਂ ਦੇਖਦੇ ਹਾਂ ਬਾਹਰਲਿਆਂ ਦੇਸ਼ਾਂ ਨੂੰ, ਚਾਹੇ ਉਹ ਪੰਜਾਬ ਤੋਂ ਉੱਠ ਕੇ ਆ ਰਿਹਾ, ਲਹਿੰਦੇ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ, ਸਾਰੇ ਪਾਸਿਓਂ ਲੋਕ ਬਾਹਰਲਿਆਂ ਦੇਸ਼ਾਂ ਨੂੰ ਆ ਰਹੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ। ਕੀ ਕਾਰਨ ਆ? ਸਾਨੂੰ ਖੁਸ਼ੀ ਤਾਂ ਸਾਰਿਆਂ ਨੂੰ ਆ ਵੀ ਸਾਡੇ ਦੇਸ਼ ਆਜ਼ਾਦ ਹੋਏ ਸੀਗੇ ਔਰ ਇਹ ਦੇਸ਼ ਤਰੱਕੀਆਂ ਕਰਨਗੇ, ਪਰ ਕੀ ਇਹਦੇ ਇੱਦਾਂ ਦੇ ਕਾਰਨ ਬਣ ਗਏ ਕਿ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਨੂੰ ਭੱਜਣਾ ਪੈ ਗਿਆ? ਸੋ ਅੱਜ ਇੱਥੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕੁਝ ਜਿਹੜੇ ਅਹੁਦੇਦਾਰ ਨੇ ਔਰਗੇਨਾਈਜੇਸ਼ਨ ਦੇ ਉਹਨਾਂ ਦੇ, ਅਤੇ ਆਮ ਜਿਹੜੇ ਲੋਕ ਹੈ ਨੇ ਪਾਕਿਸਤਾਨ ਤੋਂ ਇੱਥੇ ਅੱਜ ਇਕੱਠੇ ਹੋਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਈ ਜ਼ਰਾ ਸਾਨੂੰ ਇਹਨਾਂ ਗੱਲਾਂ ਬਾਤਾਂ ਬਾਰੇ ਜਾਣਕਾਰੀ ਦਿਓ ਅਤੇ ਆਓ ਫਿਰ ਦਿਖਾਉਂਦੇ ਹਾਂ ਤੁਹਾਨੂੰ। ਅਤੇ ਆ ਲਓ ਦੇਖੋ, ਜਿਵੇਂ ਆਪਣੇ ਮੁਲਕਾਂ ਦੇ ਵਿੱਚ ਆਪਾਂ ਝੰਡਾ ਲਹਿਰਾਉਂਦੇ ਹਾਂ, ਉਸੇ ਤਰ੍ਹਾਂ ਇਸ ਦੇਸ਼ ਦੇ ਵਿੱਚ ਬੈਠੇ 20 ਪਾਕਿਸਤਾਨੀ ਜਿਹੜੇ ਨੇ ਉਹ ਇਸ ਵੇਲੇ ਪਾਕਿਸਤਾਨ ਦਾ ਝੰਡਾ ਲਹਿਰਾ ਰਹੇ ਨੇ। ਨਾਲ ਦੀ ਨਾਲ ਕੈਨੇਡਾ ਦਾ ਝੰਡਾ ਵੀ ਚੁੱਲ ਰਿਹਾ ਔਰ ਪਾਕਿਸਤਾਨ ਦਾ ਝੰਡਾ ਜਿਹੜਾ ਚੁਲਾਇਆ ਜਾ ਰਿਹਾ ਹੈ। ਅਤੇ ਲਓ ਮੇਰੇ ਨਾਲ ਇਸ ਵੇਲੇ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਆਫ ਐਡਮਿੰਟਨ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਹੈ ਨੇ ਮੇਰੇ ਨਾਲ, ਸਲਮਾਨ ਨਸੀਰ ਹੋਰੀ। ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ ਜੀ। ਇਹ ਅੱਜ ਜਿਹੜਾ ਆਜ਼ਾਦੀ ਦਾ ਦਿਵਸ ਮਨਾਇਆ ਜਾ ਰਿਹਾ ਐਡਮਿੰਟਨ ਸ਼ਹਿਰ ਵਿੱਚ, ਪਹਿਲਾਂ ਤਾਂ ਸਲਮਾਨ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਦਿਨ ਦੀਆਂ, ਆਜ਼ਾਦੀ ਦਿਵਸ ਦੀਆਂ। ਮੇਰਾ ਖਿਆਲ ਬੜਾ ਔਖਿਆਂ ਹੋ ਕੇ ਲੋਕਾਂ ਨੇ ਆਜ਼ਾਦੀ ਜਿਹੜੀ ਆ ਉਹਨਾਂ ਮੁਲਕਾਂ ਨੇ ਲਈ ਸੀ ਔਰ ਖੈਰ ਇਹ ਦਿਨ ਆਏ ਨੇ। 77ਵਾਂ ਦਿਨ ਮਨਾਇਆ ਜਾ ਰਿਹਾ ਜੀ। ਜੀ, ਸਭ ਤੋਂ ਪਹਿਲੇ ਬਹੁਤ ਬਹੁਤ ਸ਼ੁਕਰੀਆ ਆਪਕਾ ਔਰ ਆਪਕੋ ਵੀ ਬਹੁਤ ਬਹੁਤ ਮੁਬਾਰਕ ਹੋ ਜੀ। ਅੱਜ 77ਵਾਂ ਦਿਨ 77 ਈਅਰਸ ਜਸ਼ਨ ਇੰਡੀਪੈਂਡੈਂਸ ਜੇ ਮਨਾਇਆ ਜਾ ਰਿਹਾ ਹੈ। ਮੁਲਕ ਸੇ ਦੂਰ ਹੈ ਲੇਕਿਨ ਦਿਲ ਮੁਲਕ ਮੇਂ ਹੀ ਧੜਕਤਾ ਹੈ ਔਰ ਇਹ ਸਾਹਿਬ ਦੇਖ ਸਕਤੇ ਹੈਂ ਯਹਾਂ ਪੇ ਬਹੁਤ ਸੇ ਲੋਕ ਜਮਾ ਹੈ ਔਰ ਜਸ਼ਨ ਆਜ਼ਾਦੀ ਮਨਾ ਰਹੇ। ਸਲਮਾਨ ਦੇਖੋ, ਦਿਲ ਤੋਂ ਸਭੀ ਕਾ ਉਧਰ ਹੀ ਧੜਕਤਾ ਹੈ ਜਹਾਂ ਸੇ ਹਮ ਬੜੇ ਹੋ ਕਰ ਆਏ ਹੈਂ, ਕਿਆ ਕਹਤੇ ਜਨਮੇ ਔਰ ਪਲੇ ਹੈ, ਦਿਲ ਤੋਂ ਉਧਰ ਹੀ ਰਹਿਤਾ ਹੈ। ਲੋਕੋਂ ਕੋ ਬੜੇ ਅਰਮਾਨ ਥੇ ਜਬ ਦੇਸ਼ ਆਜ਼ਾਦ ਹੋਏ ਹੈ ਕਿ ਬਈ ਬੜੀ ਤਰੱਕੀ ਹੋ ਗਈ ਔਰ ਲੋਕੋਂ ਖੁਸ਼ਹਾਲੀ ਹੋ ਗਈ। ਕਿਆ ਵਜ੍ਹਾ ਹੋ ਗਈ ਹੈ ਕਿ ਹਮੇਂ ਆਪਣੇ ਵਤਨ ਛੋੜ ਕਰ ਬਾਹਰਲੇ ਦੇਸ਼ੋਂ ਮੇਂ ਭਾਗਨਾ ਪੜ ਰਿਹਾ ਹੈ? ਯੇ ਤੋ ਬਹੁਤ ਹੀ ਕਹਤੇ ਨਾ ਕਿ ਯੇ ਬਹੁਤ ਹੀ ਦੁੱਖ ਵਾਲੀ ਬਾਤ ਹੈ
कि हम लोग हमारा मुल्क जो हम सोच के लेके चले थे, लेकिन कुछ चीज़ें ऐसी हुई कि ओवर द पीरियड जो इंटरनेशनल पॉलिटिक्स है एंड ऑल दैट, जिसमें कहीं पे जो मकसद था मुल्क का वो खो गया, जिसमें कभी किसी के अपने मफादात थे, कभी किसी के अपने मफादात थे, उन मफादात में मुल्क ने तो सफ़र किया, लेकिन कौम ने, मुल्क जो कौम है वो हमेशा मुल्क के साथ अभी भी खड़ी है, बहुत रिजिलिएंट कौम है और जहाँ भी जाते हैं अपना नाम मशहूर करते हैं, और यही वजह है कि इवन आज डेकेड्स ऑफ स्ट्रगल जो कई सालों से स्ट्रगल चल रही है, आज़ादी के बाद भी स्ट्रगल चल रही है इन टर्म ऑफ खुशहाली के लिए, लेकिन कौम जो है वो अभी भी जब मुल्क की बात आती है और जब और जहाँ भी दुनिया में जहाँ जहाँ मौजूद है वहाँ पे अपने मुल्क का नाम रोशन कर रहे हैं और कोशिश कर रहे हैं कि देर आए लेकिन होपफुली सूनर लेटर थिंग्स जो हैं वो वर्कआउट हों और मुल्क का अच्छे से अच्छा नाम जा सके आगे। अब जब हम देखते हैं इकोनॉमिकली, ये एक बात नहीं कि पाकिस्तान की बात है, सभी चाहे वो भारत है पंजाब है मोस्टली, क्योंकि देखो जब ये बंटवारा हुआ है और जितनी क्या कहते हैं उधर ज़िंदगी गई हैं लोगों की, वो पंजाब और बंगाल में बहुत सारे लोग जो हैं उन्होंने अपनी जानें दी और उनको अगर देखा जाए तो पहली बात है कि ना तो देश के किसी लीडर ने उन लोगों को कभी याद किया है या उनके लिए कुछ किया है, उनको लोग भूलते जा रहे हैं। मगर उसके बाद भी जो चीज़ होनी चाहिए थी इकोनॉमिकली लोगों के लिए वो नहीं हो सकी, इसमें लोगों का कसूर है या लीडरों का कसूर? मैं कहूँगा इसमें लोगों का तो मैं कसूर नहीं कहूँगा, लोग तो शुरू से ही मैं कहूँगा मज़लूम आवाम शुरू से ही पिसती आ रही है और पिसती रही है, उसमें मैं कहूँगा मुल्क कुछ गलत हाथों में चला गया, कुछ पपिट्स के हाथों में चला गया, कुछ ग्लोबल प्रेशर के अंडर आ गए, कुछ रॉन्ग डिसीजंस रॉन्ग टाइम पे लिए गए, जिसकी वजह से ये जो भी चाहे आपने बात की साउथ एशिया की, तो इस तमाम कंट्रीज़ ने इस वक्त हम देखा जाए तो पूरा साउथ एशिया जो है एक टर्मोइल से गुज़र रहा है, कहीं पे कोई थोड़ा बेहतर है कोई थोड़ा उससे बेहतर है, लेकिन है सभी स्ट्रगल मोड में ही, और लोग जो हैं आम लोग जो हैं वो गरीब से गरीब होते जा रहे हैं और स्ट्रगल बढ़ती जा रही है। उसमें मैं यही कहूँगा कि आई थिंक लोगों को जो सोच के जब भी अपने इलेक्शंस के वक्त आएँ या जब भी आए, तो ये सोच के, ये ना सोच के वोट दें कि जो भी आपके दरवाजे पे आए वोट मांगने, तो वो ये कहे कि मैं आपको नेक्स्ट इलेक्शन जिता दूंगा, उससे ये पूछें कि तुम मेरे आने वाली नस्लों के लिए क्या करोगे। अगर वो आने वाली नस्लों के लिए फ़िक्रमंद है वो आपका लीडर है, अगर वो सिर्फ ये चाहता है कि मैं सिर्फ इलेक्शन जीत जाऊँ कि मैं ये कर दूँगा वो कर दूँगा और सिर्फ इलेक्शन जीत जाऊँ, वो आपका लीडर नहीं हो सकता, वो सिर्फ अपने लिए इलेक्शन लड़ रहा है। ये बहुत बढ़िया बात आपने कही है सलमान जी। अपने लोग इधर भी आए हुए हैं इस देश में जिसमें हम रह रहे हैं, इधर भी आपको लगता है कि जो हमारे पॉलिटिशियन लोग, हमारे लोग जो रन करते हैं वो कोई काम के नाम पर वोटें मांगते हैं या सिर्फ कि हम भाई मैं फलाने भाईचारे से हूँ तो मेरे को वोट दीजिए? नहीं, मेरे ख्याल से हमारे अपने लोग जो हैं यहाँ पे बहुत अच्छा काम करने की कोशिश कर रहे हैं, क्योंकि हम एक यहाँ पे बहुत छोटी से माइनॉरिटी हैं,
हम चाहे वो हमारे साउथ एशियाज के हों या डिफरेंट कम्युनिटीज़ के हों, बहुत हम लोगों ने सबसे पहले तो अपने आप को उस कम्युनिटी में, उस बड़े से जो मैं कहूँगा समंदर में अपने आप को मनवाना है कि हम लोग भी उस काबिल हैं कि हम उन उन चेयर्स पे, उन असेंबलियों में बैठ सकें जिनके, जिनको लोगों ने हमें डिज़र्व करके लाए। उसके बाद इट्स अ लॉन्ग स्ट्रगल, हमने वहाँ पे पहुँच के पहले तो अपने आप को मनवाना है। हाँ, हमें यह है कि हमें अपने लोगों की सपोर्ट चाहिए। कभी कभार होता ये एक टर्म दो टर्म में हम लोग अपने आप से इतनी एक्सपेक्टेशन कर लेते हैं कि एक बंदा आया है कि हम वो एक टर्म में ही सब कुछ कर दे, मुश्किल होता है, हो नहीं सकता, क्योंकि अगेन आप इन दी एंड एक हो, वन अगेंस्ट ऑल। तो उसमें स्लोली बट आप अपने गोल की तरफ चले, सब एक दूसरे को सपोर्ट करें एज अ कम्युनिटी, और आई थिंक हम सब मिलके ये अपना गोल अचीव कर सकते हैं। सलमान, मेरे को मालूम है आप इधर आज बिजी हैं, एक नोट, वो जो क्या कहते हैं ओलंपिक्स में अरशद नदीम ने जो रिकॉर्ड रखा है उसके ऊपर तो मेरा ख्याल है कि सारा साउथ एशिया प्राउड फील कर रहा है। जी बिल्कुल, लास्ट ईयर जब लास्ट टाइम गोल्ड ओलंपिक्स हुए थे तो वो गोल्ड मेडल नहीं ले पाए थे, लेकिन इस दफ़ा सबकी उम्मीदें थी कि वो गोल्ड मेडल लेंगे और इस तरीके से लेंगे कि वर्ल्ड रिकॉर्ड ही ब्रेक कर देंगे। उसमें जो सबसे अच्छा लगा वो, बल्कि मुझे याद है कि इंडिया के भी एक जो सेकंड नंबर पे आए नीरज, उनकी वालदा ने एक बहुत अच्छा स्टेटमेंट दिया कि मेरे दोनों पुत्र हैं, और यही मैं बात कर रहा था आपको इवन यहाँ के लिए भी कि इन दी एंड वी आर वन, वी बिलोंग्स टू द सेम कल्चर, समवॉट सेम कल्चर, बहुत पुरानी हिस्ट्री हम लोगों की, और आई थिंक हम मिलके जो चीज़ें अचीव कर सकते हैं, चाहे वो इंडिया, पाकिस्तान, इवन बांग्लादेश भी, आई थिंक अगर हम सब मिलके तीनों ममालिक आपस में मिलके काम करें, हम अपने मुल्क को भी नाम बहुत रोशन करेंगे और यहाँ रहकर भी हम कैनेडा का नाम भी बहुत रोशन करेंगे। बहुत बहुत मेहरबानी, थैंक यू फॉर योर टाइम। थैंक यू, थैंक यू। अच्छा जी, आज ये इधर पाकिस्तानी एसोसिएशन की तरफ, पाकिस्तानी कैनेडा एसोसिएशन की तरफ से पाकिस्तान का जो यौम आज़ादी मनाया जा रहा है उसके बारे में कुछ बताइए। जी, मैं इसके लिए यही कहूँगी कि वतन अज़ीज़ वतन, तुझ पे जान और दिल भी निसार, वतन अज़ीज़ वतन, इस दियार गैर से तेरे मोहब्बत करने वाले तुझे सलाम कहते हैं। वतन अज़ीज़ वतन, तुझ पे हमेशा बहारें आएं, बहार फूल तुझ पे निसावर हों और हम तेरी खुशियों में शरीक हों। तो अच्छा, ये तो हम सब चाहते हैं, मगर जो कुछ वतन में हो रहा है उसके बारे में कुछ बताएं। जी, अब ये तो पूरी दुनिया में ही होता रहता है, अफसोस ज़रूर होता है, हमें दुख होता है इतनी दूर बैठे हुए वहाँ के हालात देखते हुए, लेकिन अब खाली आप पाकिस्तान का ही तो नहीं कह सकते, आप देखिए अभी बांग्लादेश में क्या हुआ, हर जगह पूरी दुनिया में यही सब कुछ हो रहा है। सब लोग जो है ताकत के नशे में सरशार, बस ये चाहते हैं कि हमारे हाथ में पावर हो। तो अफसोस होता है, दुख होता है पूरी दुनिया के हालात देखकर, और ये हालात देखकर, अपने मुल्क के भी हालात देखकर तकलीफ़ तो बहुत होती है। जब वतन छोड़ा था बाहर के देशों के लिए तो दिल में था कि वापस आएंगे कि या बाहर ही रह जाएंगे? उस वक्त कुछ पता नहीं था कि क्या होगा क्या नहीं होगा,
क्योंकि मैं तो बहुत ही छोटी उम्र में यहाँ आ गई थी, मुझे यहाँ आए हुए 53 ईयर्स हो गए, तो जितना ज़माना मैंने पाकिस्तान में गुजारा वो पूरी ज़िंदगी तो मैंने कनाडा में ही गुजारी है, और अब वहाँ पर जाना भी बिल्कुल नहीं होता है, सालों गुजर जाते हैं तो अब तो कनाडा ही अपना वतन है, लेकिन मिट्टी की खुशबू तो हमें बुलाती ज़रूर है। ये जितने आपने साल बताए उतने लगते नहीं हैं। जी बस अब तो यही है, बच्चे भी बड़े हो गए, बच्चों के बच्चे हो गए, माशाल्लाह जो है मेरा एक बेटा डॉक्टर है, एक चार्टर्ड अकाउंटेंट है, तो बच्चे अच्छे उठ गए, सबसे बड़ी खुशी यही हुई है। और फिर यहाँ पर सुकून बहुत है और अमन व अमान है, अपने मुल्कों में जो कुछ भी हो रहा है उन वहाँ तो जाने को मैंने अब कह दिया है कि मैं कभी नहीं जाऊँगी। थैंक यू, शुक्रिया बहुत बहुत। चलो दोस्तों हूँ इस वे मेरे नाल डॉक्टर नसीम होरी ने जो पाकिस्तान दे विच भी राजनीति च उन्होंने रहे ने और उन्हां नाल गलबात करते हैं। पहले तो आपको जी ये आज के दिन की बहुत बहुत मुबारक हो। थैंक यू सो मच, बहुत शुक्रिया। अच्छा आप उधर राजनीति में रहे हैं पाकिस्तान में और इधर आकर क्या फ़र्क आपको लगा है? हाँ जी, उर्दू में बात करूँ या पंजाबी में? जिस मर्जी करो, पंजाबी उर्दू सब चलो। अच्छा नहीं, मैं तो पंजाबी से गल करांगी, इस वास्ते कि मैं खुद भी पंजाब दी हाँ। अच्छा जी, तो गल है वे कि सारे अपना मुल्क अपने हुंदा है और सानू उस मुल्क की बहुत याद भी आती है, तो असी बहुत ज़्यादा खुश हाँ कि अज माशाल्लाह 14 अगस्त का दिन मनाया जा रहा जश्न आज़ादी पाकिस्तान, और जिस तरह असं पाकिस्तान जश्न आज़ादी मनाते स बिल्कुल ऐसी तरह ही असं इतने भी मना रहे, तुम देख रहे कि जोशो जज्बा है सब विच, तो बहुत अच्छा लग रहा है। अच्छा जिहड़ा मतलब इस देश की राजनीति आ कैनेडा की तो पाकिस्तान की ज मतलब साउथ एशिया की कह दो, तो फर्क लगा? गल पता है वे कि हर कंट्री के अपने अपने रूल्स होंगे ने, ठीक है कि नहीं, जाहिर इस कंट्री जरा बड़ा ए तुसी कह सकते हो बड़ा पीसफुल है, बड़ा सुकून है, हर तरह की फैसिलिटीज ने, जबकि अपने मुल्क विच भी एक अपना ही सुकून होंदा है, और मनु तो बस कोई खास फर्क नहीं। फिर जिस तरह पहले किशोर गनी कह रही सन कि जस्ट जड़ी फाइट है ना फॉर पावर, कि जड़िया उपर गवर्नमेंट्स ने ना वो मतलब अपने उन्होंने एक अपना तरीका कर रहे, जबकि साढ़ा थोड़ा सब एक आपस इन्ना प्यार होंगे किसी ना चीज़ों ने इस चीज़ से सोचते ही नहीं। हाँ अलबर जी साड़ी अलबर्टा गवर्नमेंट है या साढ़े प्राइम मिनिस्टर ने या इतों की गवर्नमेंट है तो बहुत अच्छी है, जिन्ना भी एप्रीशिएट किया जाए बहुत कम है, यानी कि सानू फील ही नहीं होंगे कि असी किसी दूसरे मुल्क चो आए या किसी किस्म का कोई भी ऐसी चीज़ नहीं कि असी फील करिए, क्योंकि पिछले सालों के जो हूँ थोड़ी जी लोगों एक आस जी बजी सी जो इमरान खान हो रही थोड़ा जहा उभरे से राजनीति दे लगा सी लोगों भी हाँ भाई सानू कोई ऑनेस्ट व्यक्ति जिहड़ा वो मिल रहा और पाकिस्तान के लोगों का वो बचाव होएगा। इस तरह चढ़ते पंजाब दे विच भी लोगों को एक नवी पार्टी आई सी पलाओ जी वो लोगों का बड़ा खुशहाली लियाउणगे, पर सारे मायूसी हुई है चढ़ते पंजाब वालों भी, तो इधर दूसरे पासे तो हजे तीन जदों भी खबर पढ़ो हजे उ गलबात एक किस्म की इदा लगता भी लोग आपसी दुश्मनी ही कड़ रहे हैं। क्योंकि मैं खुद भी पॉलिटिशियन रह चुकी हूँ, अलहमदुल्ला मैं को 15 इलेक्शन पाकिस्तान में जीते सन, और जो मैं आई सौ उस वक्त भी मैं चेयरपर्सन स क्राइसिस सेंटर फैडरल गवर्नमेंट की तरफों,
ਲੇਕਿਨ ਗੱਲ ਪਤਾ ਕੀ ਹੈ, ਸੋਰੀ ਟੂ ਸੇ ਕਿ ਸਾਡਾ ਮੀਡੀਆ ਬਹੁਤ ਜ਼ਿਆਦਾ ਚੀਜ਼ਾਂ ਨੂੰ ਇਸ ਤਰ੍ਹਾਂ ਹਾਈਲਾਈਟ ਕਰਦਾ ਕਿ ਪਤਾ ਨਹੀਂ ਮੁਲਕ ਵਿੱਚ ਅੱਗ ਲੱਗੀ ਹੋਈ ਹੈ, ਮੁਲਕ 'ਚ ਪਤਾ ਨਹੀਂ ਕੀ ਹੋ ਰਿਹਾ। ਇਮਰਾਨ ਖਾਨ ਆਪਣੀ ਜਗ੍ਹਾ ਬਹੁਤ ਅੱਛੇ ਸਨ, ਬਹੁਤ ਉਹਨਾਂ ਲੋਕ ਯਕੀਨਨ ਬਹੁਤ ਲਵ ਕਰਦੇ ਨੇ। ਮੈਂ ਕਹਿੰਦੀ ਹਾਂ ਕਿ ਕੈਨੇਡਾ 'ਚ ਜਿੰਨਾ ਕੁ ਇਮਰਾਨ ਖਾਨ ਨੂੰ ਪਿਆਰ ਕੀਤਾ ਜਾਂਦਾ, ਸ਼ਾਇਦ ਹੋਰ ਕਿਸੇ ਮਿਨਿਸਟਰ ਵਗੈਰਾ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਕੋਈ ਇਸ ਤਰ੍ਹਾਂ ਪਿਆਰ ਕੀਤਾ ਜਾਂਦਾ ਹੈ। ਲੇਕਿਨ ਉਹ ਵੀ ਗੱਲ ਕਿ ਡਿਸਾਈਡ ਤਾਂ ਆਵਾਮ ਨੇ ਕਰਨਾ ਹੁੰਦਾ ਹੈ, ਹੁਣ ਅਗਰ ਆਵਾਮ ਨੇ ਉਹਨਾਂ ਨੂੰ ਪਸੰਦ ਕੀਤਾ ਤਾਂ ਚੂਜ਼ ਕਰ ਲਿਆ, ਅਤੇ ਇਨਸ਼ਾਅੱਲਾ ਤਾਲਾ 3 ਤੋਂ 4 ਤੋਂ 5 ਸਾਲ ਬਾਅਦ ਰਿਜ਼ਲਟ ਆ ਜਾਏਗਾ, ਫਿਰ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਮਰਾਨ ਖਾਨ ਠੀਕ ਸਨ ਜਾਂ ਆਉਣ ਵਾਲੇ ਲੋਕ ਜਿਹੜੀ ਨਈ ਹਕੂਮਤ ਹੈ ਉਹ ਠੀਕ ਹੈ। ਖੈਰ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ, ਤੁਸੀਂ ਸਮਾਂ ਦਿੱਤਾ, ਇੰਜੋਏ ਕਰੋ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ, ਓਕੇ। ਅਤੇ ਲਓ ਜੀ, ਅਸੀਂ ਹੁਣ ਨਾ ਯੂਨੀਵਰਸਿਟੀ ਦੇ, ਸਾਡੇ ਯੂਨੀਵਰਸਿਟੀ ਆਫ ਅਲਬਰਟਾ ਦੇ ਸੈਨੇਟਰ ਇਸ ਵੇਲੇ ਮੇਰੇ ਨਾਲ ਨੇ, ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ। ਪਹਿਲਾਂ ਤਾਂ ਜੀ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਆਜ਼ਾਦੀ ਕਾ ਤੋ ਐਸਾ ਜਸ਼ਨ ਹੈ ਕਿ ਜੋ ਦਿਲ ਸੇ ਮਨਾਇਆ ਜਾਤਾ ਹੈ ਔਰ ਖੁਸ਼ੀ ਹੋਤੀ ਹੈ ਬਹੁਤ। ਅੱਛਾ, ਖੁਸ਼ੀ ਮਨ ਸੇ ਤੋ ਸਭੀ ਲੋਕ ਕਹਤੇ ਹੈ, ਆਜ਼ਾਦ ਜਬ ਆਜ਼ਾਦ ਹੋਏ ਥੇ ਤੋ ਬਹੁਤ ਲੋਕੋਂ ਕੋ ਉਮੀਦੇਂ ਥੀ ਕਿ ਹਮਾਰੇ ਦੇਸ਼ ਜੋ ਹੈ ਨਾ ਤਰੱਕੀ ਕਰੇਂਗੇ, ਹਮ ਲੋਕ ਇੱਧਰ ਖੁਸ਼ਹਾਲੀ, ਮਗਰ ਥੋੜ੍ਹੇ ਸਾਲ ਬਾਅਦ ਹੀ ਪਤਾ ਚੱਲਣਾ ਸ਼ੁਰੂ ਹੋ ਗਿਆ ਕਿ ਯਾਰ ਇਹ ਬਾਤ ਤੋ ਵੋ ਰਹੀ ਨਹੀਂ ਹੈ। ਤੋ ਲੋਕ ਆਪਣਾ ਵਤਨ ਛੋੜ ਛੋੜ ਬਾਹਰਲੇ ਦੇਸ਼ੋਂ ਕੋ, ਜਿਨ ਗੋਰੋਂ ਕੋ ਹਮਨੇ ਭਜਾਇਆ ਇੱਧਰ ਭਗਾਇਆ ਥਾ, ਉਨਕੇ ਪੀਛੇ ਫਿਰ ਹਮ ਇੱਧਰ ਭਾਗਨਾ ਸ਼ੁਰੂ ਕਰ ਦੀਏ। ਦੇਖੇ, ਇਸ ਮੇਂ ਤੋ ਫਿਰ ਆਪਣੀ ਖਰਾਬੀ ਹੈ ਨਾ, ਗੋਰੋਂ ਕੋ ਕਿਆ ਦੋਸ਼ ਦੇ। ਬਾਤ ਇਹ ਹੈ ਕਿ ਹਮ ਹੀ ਆਪਣੇ ਆਪ ਕੋ ਦਰੁਸਤ ਕਰੇ, ਔਰ ਹਮ ਇਹ ਨਹੀਂ ਕਹਿ ਸਕਤੇ ਕਿ ਸਭੀ ਲੋਕ ਆ ਗਏ ਦੇਸ਼ ਛੋੜ ਕੇ। ਬਹੁਤ ਸੇ ਅਭੀ ਹੈ ਜੋ ਕਿ ਵਹੀਂ ਪਰ ਹੈ ਔਰ ਪੂਰੀ ਐਫਰਟ ਕਰ ਰਹੇ, ਹਮ ਵੀ ਯਹਾਂ ਸੇ ਵਹਾਂ ਕੇ ਲੀਏ ਵੀ ਤੋ ਕਾਮ ਕਰ ਹੀ ਰਹੇ ਹੈ ਨਾ। ਤੋ ਮਤਲਬ ਔਰ ਕਿਆ ਕਹੇ, ਬਾਕੀ ਹੈ ਕਿ ਦੇਸ਼ ਕੀ ਮੁਹੱਬਤ ਉਹ ਦਿਲ ਕੇ ਅੰਦਰ ਹੈ। ਅੱਛਾ, ਜਬ ਕੋਈ ਵੀ ਲੀਡਰ ਉਧਰ ਸੇ ਆਤਾ ਹੈ ਨਾ ਇੱਧਰ, ਤੋ ਆਪਣੇ ਲੋਕ ਉਨਕੋ ਨਾ ਬਹੁਤ ਆਪਣੇ ਸਰ ਆਂਖੋਂ ਪਰ ਬਿਠਾਤੇ ਹੈ, ਬਿਠਾਉਣਾ ਚਾਹੀਏ, ਮਗਰ ਉਨਸੇ ਕੁਛ ਸਵਾਲ ਵੀ ਪੁੱਛਾ ਕੀਜੀਏ ਜੀ ਕਿ ਬਈ ਉਧਰ ਵਤਨ ਮੇਂ ਹੋ ਕਿਆ ਰਹਾ ਹੈ। ਮੇਰੇ ਖਿਆਲ ਹਮਾਰੀ ਗੁੱਟੀ ਮੇਂ ਇੱਕ ਇਹ ਚੀਜ਼ ਪੜੀ ਹੋਈ ਹੈ ਕਿ ਲੀਡਰ ਸੇ ਸਵਾਲ ਨਹੀਂ ਕਰਨਾ, ਜੋ ਲੀਡਰ ਨੇ ਕਹਿਣਾ ਉਸਕੇ ਆਗੇ ਯੈਸ ਬੌਸ ਕਹਿਣਾ ਹੈ, ਔਰ ਇਹ ਹਮੇ ਖਿਆਲ ਮੇਂ ਚੰਦ ਨਸਲੇ ਔਰ ਲਗੇਂਗੇ ਹਮਾਰੀ ਕਿ ਹਮ ਲੀਡਰ ਸੇ ਪੁੱਛਣੇ ਕੇ ਕਾਬਿਲ ਹੋ ਜਾਏ ਕਿ ਭਾਈ ਸਿਰਫ ਹਮਸੇ ਗਲੇ ਮਿਲਣਾ ਹੀ ਤੋ ਤੁਹਾਰਾ ਕਾਮ ਨਹੀਂ ਹੈ ਨਾ, ਤੁਮਨੇ ਹਮਾਰੇ ਲਈ ਕਿਆ ਕਿਆ ਯੇ ਤੋ ਬਤਾਓ। ਆਪ ਇੱਧਰ ਅਭੀ ਕੈਨੇਡੀਅਨ ਸਿਸਟਮ ਮੇਂ ਦੇਖੀਏ, ਯੂਨੀਵਰਸਿਟੀ ਮੇਂ ਸੈਨੇਟਰ ਹੈ, ਤੋ ਆਪਨੇ ਤੋ ਬਹੁਤ ਕੁਛ ਦੇਖਾ, ਤੋ ਅਗਲੀ ਨਸਲੋਂ ਪਰ ਕਿਉਂ ਛੋੜ ਰਹੇ ਹੈ, ਖੁਦ ਕਿਉਂ ਨਹੀਂ ਪੁੱਛਤੇ? ਹਮੇ ਖਿਆਲ ਮੇਂ ਹਮ ਵੀ ਅਭੀ ਉਨ੍ਹੀਂ ਨਸਲੋਂ ਮੇਂ ਸੇ ਹੈ ਜੋ ਕਿ ਡਰ ਕੇ ਪੁੱਛਦੇ ਹੈ, ਹਮ ਫਿਰ ਵੀ ਪੁੱਛਣ ਲਗੇ। ਦੇਖੀਏ, ਬੜੇ ਜਨਰੇਸ਼ਨਸ ਲਗਤੀ ਹੈ, ਇੱਕ ਜੋ ਹਮਾਰੇ ਅੰਦਰ ਕੋਈ ਸੈਟਬੈਕ ਰਹਿ ਗਿਆ ਜਾਂ ਜੋ ਕਿ ਹਮੇ ਸਿਖਾਇਆ ਗਿਆ ਕਲਚਰਲੀ ਕਿ ਹਮ ਯੈਸ ਬੌਸ ਵਾਲੀ ਆਵਾਮ ਬਣੇ ਹੋਏ ਹੈ, ਤੋ ਹਮਾਰੇ ਬੱਚੇ ਜੋ ਹੈ ਉਹ ਇਤਨਾ ਯੈਸ ਬੌਸ ਨਹੀਂ, ਆਪਕੋ ਵੀ ਅੰਦਾਜ਼ਾ ਹੋਗਾ ਕਿ ਯਹਾਂ ਪੇ ਪਲੇ ਬੜੇ ਹੈ, ਸਪੈਸ਼ਲੀ ਵੋ ਸਵਾਲ ਕਰਤੇ ਹੈ ਔਰ ਵੋ ਐਸੇ ਸਵਾਲ ਕਰਤੇ ਹੈ ਕਈ ਦਫਾ ਹਮ ਵੀ ਡਰ ਜਾਤੇ ਹੈ। ਤੋ ਹੋਪਫੁਲੀ ਦੇ ਆਰ ਗੋਇੰਗ ਟੂ ਬੀ ਅ ਬੈਟਰ ਜਨਰੇਸ਼ਨ ਆਸਕਿੰਗ ਕੁਐਸਚਨਸ ਅਬਾਊਟ ਦੇਅਰ ਰਾਈਟਸ। ਅੱਛਾ ਚਲੋ, ਇਹ ਤਾਂ ਬਾਤੇਂ ਹੋਤੀ ਰਹੇਗੀ ਫਿਰ ਵੀ ਕਭੀ। ਥੋੜ੍ਹੇ ਦਿਨ ਪਹਿਲੇ ਓਲੰਪਿਕਸ ਹੋਈ ਹੈ ਔਰ ਅਰਸ਼ਦ ਨਦੀਮ ਨੇ ਇੱਕ ਨਯਾ ਰੈਕਰਡ ਕਾਇਮ ਕਰ ਦਿਆ। ਦੇਖੋ, ਉਹ ਦੋਨੋਂ ਹੀ ਦੋਸਤ ਹੈ, ਨੀਰਜ ਚੋਪੜਾ ਔਰ ਅਰਸ਼ਦ। ਪਿਛਲੀ ਦਫਾ ਨੀਰਜ ਨੇ ਗੋਲਡ ਮੈਡਲ ਲਿਆ, ਤੋ ਇਸ ਦਫਾ ਅਰਸ਼ਦ ਨੇ ਗੋਲਡ ਮੈਡਲ ਔਰ ਨਯਾ ਰੈਕਰਡ ਬਣਾ ਦਿਆ। ਉਸ ਪਰ ਆਪ ਕਿਆ ਕਹੇਂਗੇ? ਉਸ ਪੇ ਰਿਮਾਰਕੇਬਲ ਜੋ ਪਰਫਾਰਮੈਂਸ ਹੈ ਵੋ ਮਾਓਂ ਕੀ ਹੈ। ਦੋਨੋਂ ਦੇਸ਼ੋਂ ਕੀ ਜੋ ਮਾਏ ਹੈ ਉਹਨੇ ਜੈਸਾ ਰੋਲ ਪਲੇ ਕੀਆ ਹੈ, ਉਸਸੇ ਹਮ ਯੇ ਲਰਨ ਕਰਤੇ ਹੈ ਕਿ ਮਾਂ ਹੀ ਆਪਣੇ ਔਲਾਦ ਕੋ ਸਿਖਾਤੀ ਹੈ। ਉਹਨੇ ਨੀਰਜ ਔਰ ਅਰਸ਼ਦ ਜੈਸੇ ਪੈਦਾ ਕੀ ਔਰ ਜੋ ਤਰਬੀਅਤ ਕੀ ਵੋ ਹਮ ਸਭ ਨੇ ਸਕਰੀਨ ਪਰ ਔਰ ਮੀਡੀਆ ਪੇ ਦੇਖੀ ਕਿ ਕਿਸ ਤਰ੍ਹਾਂ ਸੇ ਦੋਨੋਂ ਮੁਲਕ ਕੇ ਖਿਲਾੜੀ ਇੱਕ ਦੂਸਰੇ ਕੋ ਸਪੋਰਟ ਕਰ ਰਹੇ ਥੇ, ਐਂਡ ਤੱਕ ਕਰਤੇ ਰਹੇ, ਮੁਕਾਬਲੇ ਸੇ ਪਹਿਲੇ ਵੀ ਕਰਤੇ ਰਹੇ। ਆਈ ਵਿਸ਼ ਕਿ ਹਮ ਵੀ ਔਰ ਹਮਾਰੇ ਲੀਡਰਸ ਵੀ ਕੁਛ ਐਸੇ ਹੀ ਹੋ ਜਾਏ। ਕਿਆ ਬਾਤ ਹੈ, ਬਿਲਕੁਲ 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 ਸਹੀ ਗਾ।
ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਨਸੀਮ ਜੀ, ਤੁਸੀਂ ਵੀ ਕੁਝ ਕਹਿਣਾ ਚਾਹੋਗੇ ਅਰਸ਼ਦ ਨਦੀਮ ਹੋਰਾਂ ਦੇ ਬਾਰੇ? ਹਾਂਜੀ, ਮੈਂ ਤੇ ਅਰਸ਼ਦ ਨਦੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਵਾਂਗੀ ਕਿ ਬਹੁਤ ਬਹੁਤ ਮੁਬਾਰਕ ਸਪੈਸ਼ਲ ਜਸ਼ਨ ਆਜ਼ਾਦੀ ਤੇ, ਤੁਸੀਂ ਸਾਨੂੰ ਬਹੁਤ ਅੱਛਾ ਗਿਫਟ ਕੀਤਾ ਹੈ, ਤੇ ਬਲਕਿ ਦੋਨੋਂ ਪੰਜਾਬ ਵਾਲਿਆਂ ਨੂੰ, ਦੋਨਾਂ ਮਾਵਾਂ ਨੂੰ ਤੇ ਦੋਨੋਂ ਪੰਜਾਬ ਦੀਆਂ ਮਾਵਾਂ ਦੇ ਪੁੱਤਰਾਂ ਨੂੰ ਸਾਡੀ ਤਰਫੋਂ ਕੈਨੇਡਾ 'ਚ ਬਹੁਤ ਬਹੁਤ ਮੁਬਾਰਕ ਹੋਈ। ਥੈਂਕ ਯੂ ਜੀ, ਥੈਂਕ ਯੂ। ਤੇ ਲਓ ਦੋਸਤੋ, ਮੇਰੇ ਨਾਲ ਇਸ ਵੇਲੇ ਰੌਡ ਲਿਓਲਾ ਹੁਰੀ ਨੇ, ਸਾਡੇ ਜਿਹੜੇ MLA ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਵੀ ਇਸ ਜਸ਼ਨੇ ਆਜ਼ਾਦੀ ਦੇ ਵਿੱਚ ਇੱਥੇ ਪਹੁੰਚੇ ਨੇ, ਜੋਮੇ ਆਜ਼ਾਦੀ 'ਚ। Welcome to this place today, Rod. Oh, for me it's an absolute pleasure to always be with community, which is where I feel most at home. That's very nice, and that I know from heart. Yes, indeed. So what do you have to say about this Independence Day of Pakistan today? So, you know, there are many opinions when it comes to independence of any country. I think what's important is that we have to focus on the positive, good values that we should try to make come across from all of the people. When you celebrate a nation, you should be celebrating the good values of the people. And this is what I'm here. I'm here with the Pakistani community to celebrate common values, values for a better Pakistan, also values for a better Canada, and together we can all grow as a community to become better for one another. You picked up, you know, just the better values. Why not in those better values to improve the conditions of the country or the countrymen back home? Yes, most definitely. That's one of those values, right? So I believe that we all want to do what's best for our neighbor. I think this is something, no matter where you live, people want this. And so we should want that back in Pakistan. We should want that back in Punjab. We should want that in India. And then any differences, we should put those differences aside and focus on doing good for one another. Justice should always come first before anything else. Thank you, Rod, and enjoy. Yeah, thank you. Hello, Ashwili. Mere naal Sofia Khan Puri ne. ਉਹਨਾਂ ਨੂੰ ਪੁੱਛਦੇ ਹਾਂ ਕਿ ਅੱਜ ਇਹ ਜੋਮੇ ਆਜ਼ਾਦੀ ਜਿਹੜਾ ਦਿਵਸ ਇੱਥੇ ਮਨਾਇਆ ਜਾ ਰਿਹਾ ਆ ਐਡਮਿੰਟਨ ਦੇ ਵਿੱਚ, ਉਹਦੇ ਬਾਰੇ ਉਹ ਕੀ ਕਹਿੰਦੇ ਨੇ, ਉਹਨਾਂ ਦੇ ਕੀ ਵਿਚਾਰ ਨੇ? ਹਾਂਜੀ, ਥੈਂਕ ਯੂ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਥੈਂਕ ਯੂ ਸੋ ਮਚ। ਮੁਬਾਰਕਾਂ ਤੈਨੂੰ ਵੀ, ਮੁਬਾਰਕਾਂ ਹੋਣ ਹੈ। 14 ਅਗਸਤ, 15 ਅਗਸਤ ਦੋੜੇ ਹੀ ਬੜੇ ਨੇੜੇ ਮਿਲਾਏ ਜਾਂਦੇ ਹੈਗੇ। ਸੋ ਹਰ ਸਾਲ ਐਵਰੀ ਈਅਰ ਇੱਥੇ ਇੱਕ ਫਲੈਗ ਸੈਰੇਮਨੀ ਹੁੰਦੀ ਹੈਗੀ। ਪਿਛਲੇ ਕਿਤਨੇ ਸਾਲਾਂ ਤੋਂ ਬੱਚਿਆਂ ਦਾ ਪ੍ਰੋਗਰਾਮ ਕੀਤਾ ਜਾਂਦਾ, ਅਤੇ ਪਿੱਛੇ ਜਿਹੜਾ ਹੈਗਾ ਲਾਈਵ ਕੌਨਸਰਟ ਹੁੰਦਾ ਹੈਗਾ, ਅਤੇ ਐਵਰੀਬਡੀ ਕਮਸ ਹੇਅਰ ਐਂਡ ਇੰਜੋਏ ਕਰਦੇ ਹੈਗੇ ਆਪਣੀ ਇੰਡੀਪੈਂਡੈਂਸ ਡੇ ਨੂੰ, ਫੈਮਿਲੀ ਦੇ ਨਾਲ ਮਨਾਉਂਦੇ ਹੈਗੇ। ਅਤੇ ਬਸ ਤੁਸੀਂ ਵੀ ਬਹੁਤ ਬਹੁਤ ਧੰਨਵਾਦ ਜੇ ਆਏ ਹੋ ਅਤੇ ਕਵਰੇਜ ਦਿੱਤੀ ਹੈਗੀ। ਅੱਛਾ, ਇੱਥੋਂ ਕੋਈ ਸੁਨੇਹਾ ਤੁਸੀਂ ਪਿੱਛੇ ਆਪਣੇ ਲੀਡਰਾਂ ਨੂੰ ਵੀ ਦਿੰਦੇ ਆ ਜਾਂ ਆਪਣੇ ਕਿਸੇ ਹੋਰ ਨੂੰ ਵੀ ਭਾਈ, ਇੱਥੋਂ ਦੀ ਕਮਿਊਨਿਟੀ ਕੀ ਭਾਲਦੀ ਆ ਪਾਕਿਸਤਾਨ ਦੇ ਵਿੱਚ ਚੰਗਿਆਈ ਲਈ? ਜੀ ਬਿਲਕੁਲ, ਸੁਨੇਹਾ ਦੇਵਾਂਗੇ। ਬੈਕ ਹੋਮ 'ਤੇ ਹਮੇਸ਼ਾ ਐਵਰੀ ਈਅਰ ਹੀ ਇੰਡੀਪੈਂਡੈਂਸ ਡੇ 'ਤੇ ਸਾਰੇ ਹੀ ਲੋਕ ਜਿਹੜੇ ਹੈਗੇ ਹੁਬ ਮੁਹੱਬਤ ਸ਼ੋ ਕਰਦੇ ਹੈਗੇ, ਮੈਸੇਜ ਦਿੰਦੇ ਹੈਗੇ। ਅਸੀਂ ਵੀ ਉਹਨਾਂ ਨੂੰ ਇਹੀ ਮੈਸੇਜ ਦਿਆਂਗੇ ਕਿ ਅਸੀਂ ਇੱਥੇ ਬੜਾ ਹਾਰਡ ਵਰਕ ਕਰਦੇ ਹਾਂਗੇ, ਆਪਣੀ ਕੰਟਰੀ ਨੂੰ ਰਿਪ੍ਰਜੈਂਟ ਕਰਦੇ ਹਾਂਗੇ ਐਜ਼ ਅ ਪਾਕਿਸਤਾਨੀ, ਆਪਣਾ ਵੈਰੀ ਵੈਲ ਮੈਨਰਡ ਐਜ਼ ਅ ਹਿਊਮਨ ਬੀਇੰਗ ਵੀ ਲਿਵ ਹੇਅਰ ਐਂਡ ਵੀ ਬਿਹੇਵ ਹੇਅਰ। ਸੋ ਸਾਡੀ ਇੱਕੋ ਹੀ ਗੁਜ਼ਾਰਿਸ਼ ਹੋਊਗੀ ਜੇ ਬੈਕ ਹੋਮ ਸਾਰਿਆਂ ਨੂੰ, ਜੇ ਤੁਸੀਂ ਜ਼ਿੰਦਗੀ ਲੋਕਾਂ ਦੀ ਆਸਾਨ ਬਣਾਓ, ਮੁਸ਼ਕਿਲ ਨਾ ਕਰੋ।
back home. ਬਹੁਤ ਬਹੁਤ ਮਿਹਰਬਾਨੀ ਸੋਫੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ. ਥੈਂਕ ਯੂ ਸੋ ਮਚ. Alberta Weekly sponsored by Lexus South Point and Wild Rose Garments and Silk Screening, Edmonton.